ਬੱਚਾ ਜਿੰਨੇ ਬੋਰ ਸਮਝੇ ਸੀ ਕੋਈ ਬੋਰ ਟੋਏ ਫੱਟੇ ਵੇ ਆ ਜਿਵੇਂ ਕਿ ਬੱਚੇ ਦਾ ਨੁਕਸਾਨ ਤੁਸੀਂ ਵੇਖਿਆ ਹੀ ਆ ਆਪਣਾ ਫਤਿਹਵੀਰ 6 ਦਿਨਾਂ ਤੋਂ ਬੋਰ ਦੇ ਵਿੱਚ ਰਹਿ ਕੇ ਪੂਰਾ ਹੋ ਗਿਆ ਅਤੇ ਆਪਣੀ ਸਰਕਾਰ ਵੀ ਨਾਕਾਮ ਰਹੀ ਆ ਇਸ ਤਰ੍ਹਾਂ ਸਾਰੇ ਵੀਰਾਂ ਨੂੰ ਆਪੋ ਆਪਣਾ ਫਰਜ਼ ਬਣਦਾ ਵਾ ਜਿਵੇਂ ਬੱਚਿਆਂ ਨੂੰ ਛੁੱਟੀਆਂ ਮਿਲੀਆਂ ਵਾ ਜਿਵੇਂ ਖੇਤਾਂ ਦੇ ਵਿੱਚ ਵੀ ਕੰਮ ਚੱਲਣਾ ਵਾ ਵੀ ਆਪਾਂ ਸਾਰੇ ਰਲ ਕੇ ਜਿੱਥੇ ਕੋਈ ਬੋਰ ਆ ਉਹਨੂੰ ਬੰਦ ਕੀਤਾ ਜਾਵੇ ਜਾਂ ਕੋਈ ਟੋਆ ਇੱਦਾਂ ਦਾ ਹੋਵੇ ਵੀ ਜਿੱਥੇ ਕੋਈ ਨੁਕਸਾਨ ਹੋ ਸਕਦਾ ਵਾ ਸਾਰੇ ਹਿੰਮਤ ਕਰਕੇ ਉਹ ਟੋਏ ਬੰਦ ਕੀਤਾ ਜਾਵੇ ਕੋਈ ਬੱਚੇ ਆਪਣੇ ਪਰਿਵਾਰ ਦੇ ਆ ਸਾਰੇ ਬੱਚੇ ਆਪਣੇ ਹੀ ਆ ਜੋ ਵੀ ਘਟਨਾ ਵਾਪਰਦੀ ਬੜਾ ਦੁੱਖ ਲੱਗਦਾ ਵਾ ਕਿ ਉਹ ਜਦੋਂ ਵੀ ਇੱਦਾਂ ਬੱਚਿਆਂ ਦਾ ਹਾਲ ਹੁੰਦਾ ਅਤੇ ਬੜਾ ਮਨ ਨੂੰ ਖਰਾਬ ਪਰੇਸ਼ਾਨੀ ਪਹੁੰਚਦੀ ਆ ਮੈਂ ਸਾਰੇ ਵੀਰਾਂ ਹੱਥ ਜੋੜ ਕੇ ਬੇਨਤੀ ਕਰਦਾ ਕਿਸਾਨਾਂ ਨੂੰ ਵੀ ਮਜ਼ਦੂਰਾਂ ਨੂੰ ਵੀ ਜਿੱਥੇ ਵੀ ਖੇਤਾਂ ਦੇ ਵਿੱਚ ਜਾਂ ਘਰਾਂ ਦੇ ਵਿੱਚ ਬੋਰ ਕੋਈ ਖਾਲੀ ਦਿਸੇ ਉਹਨੂੰ ਬੰਦ ਕੀਤਾ ਜਾਵੇ ਅਤੇ ਜਾਂ ਆਪਾਂ ਇਹ ਨੁਕਸਾਨ ਹੋ ਤੋਂ ਬਚ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ